सचखंड श्री दरबार साहब विखे रोजाना ही लखां दी गिणती विच शरधालु नतमस्तक होण लई आउंदे हन। शरधालुआं दे रहण लई IGPC वल्लों सरावां भी बणाईआं जा रहीआं हन, जिस दे चलदिआं श्री गुरु तेग बहादुर साहब जी दे 400 सालां नूं समर्पित IGPC अते कार सेवा पूरी वालिआं वल्लों नवीं सरां श्री गुरु तेग बहादुर सरां दा नींह पत्थर अज रख्या गया। इस दौरान पत्रकारां नाल गल्लबात करदिआं IGPC प्रधान बीबी जगीर कौर दा कहना है कि रोजाना ही लखां दी गिणती विच शरधालु देश विदेश तों नतमस्तक होण लई आउंदे हन अते उहनां दे रुकण लई जो सरावां हन उह घट पै रहीआं हन, जिस करके इस नवीं सरां दा उद्घाटन किया गया है। इस दे नाल ही उहनां दा कहना है कि नवंबर 1984 विच दिल्ली सिख कतलेआम च शहीद होए शहीदां नूं भी साडे वल्लों शरधांजली दित्ती जा रही है। ਉਹਨਾਂ ਕਿਹਾ ਕਿ ਕਾਂਗਰਸ ਕਦੀ ਵੀ ਸਿੱਖਾਂ ਦੀ ਹਮਦਰਦ ਨਹੀਂ ਬਣ ਸਕਦੀ। ਸਭ ਤੋਂ ਪਹਿਲਾਂ ਤਾਂ ਮੈਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਕਿ ਜਿਹੜੀ ਉਹਨਾਂ ਦੀ ਲੰਬੇ ਸਮੇਂ ਤੋਂ ਸਾਡੇ ਵਾਸਤੇ ਬਹੁਤ ਵੱਡਾ ਹੁਕਮ ਹੁੰਦਾ ਸੀ ਕਿ ਜਿਹੜੀਆਂ ਸਰਾਵਾਂ ਨੇ ਉਹਦੀ ਘਾਟ ਨਜ਼ਰ ਆ ਰਹੀ ਸੀ, ਸੰਗਤਾਂ ਦੀ ਬਹੁਤ ਵੱਡੀ ਸ਼ਮੂਲੀਅਤ, ਸੰਗਤਾਂ ਦੀ ਬਹੁਤ ਵੱਡੀ ਜਿਹੜੀ ਆਮਦ ਸੀ ਉਹ ਸਾਡੇ ਵਾਸਤੇ ਬਹੁਤ ਵੱਡੀ ਪਰੇਸ਼ਾਨੀ ਵੀ ਪੈਦਾ ਕਰ ਰਹੀ ਸੀ ਅਤੇ ਚਿੰਤਾ ਵੀ ਸਾਨੂੰ ਬਹੁਤ ਰਹਿੰਦੀ ਸੀ ਕਿ ਸੰਗਤਾਂ ਨੂੰ ਅਸੀਂ ਪੂਰੀਆਂ ਸੁਵਿਧਾਵਾਂ ਨਹੀਂ ਦੇ ਸਕਦੇ, ਸੰਗਤਾਂ ਨੂੰ ਆਉਣ ਵਾਸਤੇ ਰਿਹਾਇਸ਼ ਨਹੀਂ ਦੇ ਸਕਦੇ। ਉਹਦੇ ਵਾਸਤੇ ਸਾਰੀ ਐਗਜੈਕਟਿਵ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਜਲਦੀ ਹੀ ਵੱਡੀ ਸਰਾਂ ਤਿਆਰ ਕੀਤੀ ਜਾਵੇ ਜਿਹਦੇ ਵਿੱਚ ਘੱਟੋ ਘੱਟ 1,500 ਦੇ ਕਰੀਬ ਸਾਡਾ ਕਮਰੇ ਹੋਣਗੇ। ਥੱਲੇ ਗਰਾਊਂਡ ਫਲੋਰ ਦੇ ਉੱਤੇ ਗੱਡੀਆਂ ਵਾਸਤੇ ਪਾਰਕਿੰਗ ਵਾਸਤੇ ਥਾਂ ਹੋਵੇਗੀ, ਉੱਪਰ 1,500 ਦੇ ਕਰੀਬ ਸਾਡੇ ਕਮਰੇ ਹੋਣਗੇ, ਨਾਲ ਉਹਨਾਂ ਨੂੰ ਬਕਾਇਦਾ ਮੈਸ ਵਗੈਰਾ ਜਿਸ ਦਾ ਕੰਟੀਨ ਬਣਾਈ ਦੀ ਹੈ ਕਿ ਜੇ ਕਿਸੇ ਨੇ ਚਾਹ ਪਾਣੀ ਪੀਣਾ ਹੋਵੇ, ਕੌਫੀ ਪੀਣੀ ਹੋਵੇ, ਉਹ ਆਉਂਦਿਆਂ ਨੂੰ ਜਾਂ ਸਵੇਰੇ ਉੱਠ ਕੇ ਕਿਸੇ ਨੇ ਕੋਈ ਚਾਹ ਦਾ ਕੱਪ ਲੈਣਾ ਹੋਵੇ, ਇਹ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਸੋ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਜਗ੍ਹਾ ਵੀ ਜਿਹੜੀ ਹੈ ਸਾਰਾਗੜੀ ਦੀ ਤਰ੍ਹਾਂ 700 ਮੀਟਰ ਦੀ ਦੂਰੀ 'ਤੇ ਹੈ, ਜਲਿਆਂਵਾਲੇ ਬਾਗ ਨੂੰ ਜਾ ਕੇ ਸੜਕ ਨਿਕਲਦੀ ਹੈ ਅਤੇ ਇਹ ਸਾਡੇ ਵਾਸਤੇ ਬਹੁਤ ਵੱਡੀ ਕਨਵੀਨੀਅੰਸ ਹੋਵੇਗੀ, ਸੰਗਤਾਂ ਵਾਸਤੇ ਬਹੁਤ ਵੱਡੀ ਸਹੂਲਤ ਹੋਏਗੀ, ਜਿਹਦੇ ਨਾਲ ਉਹਨਾਂ ਦੇ ਜਿਹੜੀ ਪਰੇਸ਼ਾਨੀ ਹੁੰਦੀ ਸੀ ਗੱਡੀਆਂ ਖੜੀਆਂ ਕਰਨ ਦੀ ਉਹ ਵੀ ਸਾਨੂੰ ਸੌਖਾ ਹੋ ਜਾਏਗਾ। ਸੋ ਮੈਂ ਸਮਝਦੀ ਹਾਂ ਕਿ ਜਿਹੜੀ ਇਹ ਸੇਵਾ ਸੀ ਇਹਦੇ ਜਲਦੀ ਕਰਨ ਵਾਸਤੇ ਬਾਬਾ ਕਸ਼ਮੀਰਾ ਸਿੰਘ ਜੀ ਮਾਨਯੋਗ ਭੂਰੀ ਵਾਲੇ ਇਹਨਾਂ ਨੇ ਸੇਵਾ ਚੁੱਕੀ ਹੈ ਕਿ ਤੁਸੀਂ ਸਾਨੂੰ ਦਿਓ ਸੇਵਾ, ਅਸੀਂ ਤੁਹਾਡੀ ਛੇਤੀ ਤੋਂ ਛੇਤੀ ਜਿਹੜੀ ਹੈ ਇਹ ਮੁਸ਼ਕਲ ਹੱਲ ਕਰਾਂਗੇ। ਸੋ ਮੈਂ ਆਸ ਕਰਾਂਗੀ ਕਿ ਬਾਬਾ ਜੀ ਸਾਰੀ ਕਮੇਟੀ ਨੇ ਜੋ ਇਹਨਾਂ ਦੇ ਉੱਤੇ ਵਿਸ਼ਵਾਸ ਕੀਤਾ, ਪਹਿਲਾਂ ਵੀ ਇਹਨਾਂ ਨੇ ਪਾਰਕਿੰਗ ਜਿਹੜੀ ਬਣਾਈ ਹੈ, ਜੋੜਾ ਘਰ ਬਣਾਇਆ, ਬਹੁਤ ਸੁੰਦਰ ਅਤੇ ਬਹੁਤ ਜਲਦੀ ਬਣਾਇਆ। ਇਸੇ ਤਰ੍ਹਾਂ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਵੀ ਜੋੜਾ ਘਰ ਬਣਾਇਆ, ਗਠੜੀ ਘਰ ਬਣਾਇਆ ਅਤੇ ਉਹਦੇ ਵਾਸਤੇ ਵੀ ਬਹੁਤ ਥੱਲੇ ਪਾਰਕਿੰਗ ਵੀ ਬਣਾਈ, ਉਹ ਵੀ ਬਹੁਤ ਛੇਤੀ ਅਤੇ ਜਲਦੀ 3-4 ਮਹੀਨਿਆਂ ਵਿੱਚ ਉਹ ਕੰਪਲੀਟ ਤਕਰੀਬਨ ਕਰ ਦਿੱਤਾ। ਸੋ ਮੈਨੂੰ ਆਸ ਹੈ ਕਿ ਇਹ ਵੀ ਜਿਹੜੀ ਹੈ ਇਹ ਗਰਾਊਂਡ ਫਲੋਰ ਕਰਕੇ ਅਤੇ ਘੱਟੋ ਘੱਟ 100 ਕਮਰਾ ਜਿਹੜਾ ਸਾਨੂੰ 1 ਸਾਲ ਦੇ ਵਿੱਚ ਮਿਲ ਜਾਏਗਾ, ਮੈਨੂੰ ਆਸ ਹੈ। ਬਾਬਾ ਜੀ ਤਾਂ ਸ਼ਾਇਦ ਕਹਿੰਦੇ 6 ਮਹੀਨੇ 'ਚ ਅਸੀਂ ਬਣਾ ਦਾਂਗੇ, ਪਰ ਮੈਂ ਸਮਝਦੀ ਹਾਂ ਕਿ 1 ਸਾਲ ਦੇ ਵਿੱਚ ਸਾਨੂੰ ਜੇ ਸਾਰਾ ਕੁਝ ਮਿਲ ਜਾਏ ਤਾਂ ਸਾਡੀ ਜਿਹੜੀ ਮੁਸ਼ਕਲ ਹੈ ਉਹ ਥੋੜ੍ਹੀ ਥੋੜ੍ਹੀ ਹੱਲ ਹੋਣੀ ਸ਼ੁਰੂ ਹੋ ਜਾਏਗੀ ਅਤੇ ਨਾਲ ਦੇ ਨਾਲ ਦੂਜਾ ਜਿਹੜਾ ਕੰਮ ਉਹ ਚੱਲਦਾ ਰਹੇਗਾ। ਸੋ ਮੈਂ ਸਮਝਦੀ ਹਾਂ ਕਿ ਜਿੱਥੇ ਅਸੀਂ ਗੁਰੂ ਰਾਮਦਾਸ ਜੀ ਸਰਾਂ ਦੀ ਨਵੀਨੀਕਰਨ ਕਰਨ ਵਾਸਤੇ ਸੋਚ ਰਹੇ ਸਨ, ਇਹੀ ਪਹਿਲਾਂ ਮਨ ਬਣਾਇਆ ਕਿ ਪਹਿਲਾਂ ਅਸੀਂ ਹੋਰ ਤਿਆਰ ਕਰਕੇ ਉਹਦੇ ਵਿੱਚ ਸੰਗਤਾਂ ਨੂੰ ਠਹਿਰਾਈਏ, ਫਿਰ ਜਿਹੜਾ ਨੇੜੇ ਦਾ ਕੰਮ ਹੈ ਉਹ ਅਸੀਂ ਬਾਅਦ ਵਿੱਚ ਕਰ ਲਾਂਗੇ। ਅੱਜ ਨਵੰਬਰ 1984 ਦੇ ਕਤਲੇਆਮ ਦੇ ਸ਼ਹੀਦਾਂ ਨੂੰ ਯਾਦ ਕੀਤਾ, ਇਹ ਸਾਡੀ ਤ੍ਰਾਸਦੀ ਹੈ। ਇਹ ਤਕਰੀਬਨ 37 ਵਰੇ ਹੋ ਗਏ ਆ, 37 ਵਰਿਆਂ ਦੇ ਵਿੱਚ ਅੱਜ ਤੱਕ ਸਰਕਾਰਾਂ ਜਾਂ ਜੁਡੀਸ਼ਰੀ ਜਿਹੜੀ ਹੈ ਸਾਨੂੰ ਇਨਸਾਫ ਨਹੀਂ ਦੇ ਸਕੀ। ਅੱਜ ਵੀ ਜਦੋਂ ਇੰਨੇ ਸਾਲਾਂ ਬਾਅਦ ਵੀ ਉਹਨਾਂ ਵਿਅਕਤੀਆਂ ਨਾਲ, ਉਹਨਾਂ ਪਰਿਵਾਰਾਂ ਨਾਲ ਗੱਲ ਕਰੀਏ ਤਾਂ ਉਹਨਾਂ ਦੇ ਹੰਝੂ ਨਹੀਂ ਚੱਲੇ ਜਾਂਦੇ, ਉਹਨਾਂ ਦੀ ਪੀੜਾ ਫਿਰ ਉਸੇ ਤਰ੍ਹਾਂ ਤਾਜ਼ੀ ਹੋ ਜਾਂਦੀ ਹੈ ਜਿਹੜੀ ਅੱਜ ਤੋਂ 37 ਸਾਲ ਪਹਿਲਾਂ ਹੋਈ ਸੀ। ਸੋ ਲੱਗਦਾ ਕਿ ਇਹ ਸਰਕਾਰਾਂ ਜਿਹੜੀਆਂ ਇਹ ਜਾਣ ਬੁੱਝ ਕੇ ਜਿਹੜਾ ਉਸ ਵੇਲੇ ਕਤਲੇਆਮ ਕਰਾਇਆ ਸੀ ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਨੇ ਅੱਗੇ ਹੋ ਕੇ ਕਰਵਾਇਆ ਸੀ, ਜਗਦੀਸ਼ ਟਾਈਟਲਰ ਨੂੰ ਤੁਸੀਂ ਦੇਖ ਲਓ, ਅੱਜ ਉਹਨੂੰ ਪਾਰਟੀ ਦੇ ਵਿੱਚ ਅਹਿਮ ਥਾਂ ਦਿੱਤੀ ਗਈ ਹੈ। ਇਹ ਥਾਵਾਂ ਤਾਂ ਦਿੱਤੀਆਂ ਜਾਂਦੀਆਂ ਕਿ ਉਸ ਵੇਲੇ ਰਾਜੀਵ ਗਾਂਧੀ ਨੇ ਇਹਨਾਂ ਨੂੰ ਅੱਗੇ ਲਾ ਕੇ ਸਾਰਾ ਕੁਝ ਆਪ ਕਰਾਇਆ ਸੀ, ਗਿਣਿਆ ਮਥਿਆ ਸਾਜਰ ਸੀ, ਗਿਣੀ ਮਿਥੀ ਸਾਜਿਸ਼ ਦੇ ਤਹਿਤ ਇਹ ਲੋਕਾਂ ਦਾ ਐਡਾ ਵੱਡਾ ਕਾਣ ਹੋਇਆ ਸੀ। ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਜ਼ੁਲਮ ਕਰਨਾ, ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨਾ, ਇੱਥੇ ਅਨੇਕਾਂ ਨੂੰ ਸ਼ਹੀਦ ਕਰ ਦੇਣਾ, ਸਰ ਜਰਨੈਲ ਸਿੰਘ ਜੀ ਪਿੰਡਰਾਂਵਾਲਾ ਵਰਗੇ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਠਾਰਾ ਸਿੰਘ ਜੀ ਵਰਗੀਆਂ ਸ਼ਖਸੀਅਤਾਂ ਇੱਥੇ ਸ਼ਹੀਦ ਹੋਈਆਂ। ਸੋ ਮੈਂ ਸਮਝਦੀ ਹਾਂ ਕਿ ਜਿਹੜੇ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਮਨਾਉਣ ਆਏ ਸੀ ਉਦੋਂ ਵੀ ਸ਼ਹਾਦਤਾਂ ਹੋਈਆਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਫਿਰ ਉਸੇ ਸੰਤਾਪ ਨੂੰ ਦੁਹਰਾ ਰਹੀਆਂ ਜਿਹੜਾ ਸੰਤਾਪ ਅੱਜ ਤੋਂ 37 ਸਾਲ ਪਹਿਲਾਂ ਬੀਤਿਆ ਸੀ। ਦੇਖੋ ਜੀ, ਜੇ ਮਾਫੀਆਂ ਮੰਗਣੀਆਂ ਹੋਣ ਤਾਂ ਢਿੱਡੋਂ ਮੰਗਣ,
कह के माफिया मंगाउणियां मैं समझदी हां कि ये मैनूं तां शोभा नहीं दिंदा। मैं समझदी कि उन्होंने एहसास करना चाहिए, आप एहसास करना चाहिए कि एड्डा वड्डा जुल्म जिहड़ा होया वो दुनिया के किसी कोने विच नहीं इहो जी भयानक जिहड़ी घटना वापरी होएगी। तो जे सरकार कांग्रेस की गल कर लईए, कांग्रेस ने सदा इदां कीता, धोखे तड़े कतलेआम। तो अज जिहड़ी सरकार है उन्हूं वैसे सेंटर सरकार वल्लों अज ऐलान करना चाहिए कि जो ये हो रहा है बहुत गलत होया सी, ते अज जां तां जो लोगों के जख्मों उत्ते कोई मलम लग सके। चोपने जी हुण आका ही इन्हां दे, वो जो कहणगे इन्हां ने वो करना, इन्हां थां ही कोई नहीं, पंजाब च दी ताकत कोई नहीं, पंजाब च दे फैसला नहीं कोई लै सकदे। जे सोनिया गांधी कोलों फैसले करवाने हैं, जिस राजीव राहुल गांधी को फैसले करवाने हैं, हुण उन्होंने परिवार की गल चलेगी नहीं थोड़ी चलेगी। चंगा चंगा वधिया ते बड़ा वड्डा उपराला श्रोमणी कमेटी के प्रधान साहब ते उन्हां दी समुची जिहड़ी मैंबर साहिबाना की टीम है सारिया ने मिल के किया कि एक जगह श्री दरबार साहब के तकरीबन पास ही है, वो श्रोमणी कमेटी के कोल सी, ते संगतां दी लोड़ वास्ते उत्थे सलाम बनाउणा बहुत जरूरी सी। ते अज वड्डा उदम होया, इत्थे कोई 1000-1500 कमरा बनेगा जिहदी सेवा जिहड़ी उह शुरू कीती गई है। गुरु महाराज करे थोड़े कमरे पहला बना के ते संगतां वास्ते चालू किए जाण, मुड़ के एक एक करके जिहड़े आ फ्लोर वाइज बन जाण। जगह मैं पूरी डिटेल ते अपने आर्कीटेक्ट कोलों नहीं लई, बट मैनू इस तरह लगता वा कि काफ़ी मीटर लंबी है जगह वा, लंबाई च काफ़ी लंबी है, चौड़ाई च शायद 50-60 फुट हैगी आ। तो ये दोवां साइडां ते कमरे और सेंटर च एक बड़ा 8 फुट का कोरीडोर दे के दोवां साइडां नू इहनू कमरे दे के ते बड़े सोहना एक जिहड़ा कॉम्पलैक्स बन जाएगा। हाँ जी, तो अच्छे तरीके नाल बनेगा जिहदे विच कारां खिलारन की भी सुविधा होएगी, फिर बड़ा अच्छा खुला वड्डा रिसेप्शन बनावांगे, फिर कोई पेंट्री टाइप कैफे बनावांगे, जो जो यात्रुओं नूं सहूलतां दी लोड़ हुंदी आ वो सारिआं नूं सामने रख के ते सराह जिहड़ी तैयार की जाएगी जी। वाहिगुरू जी का खालसा, वाहिगुरू जी की फतेह।